मानयोग स्पीकर साहब, ये सानू कानून समझाने वाले ये कृपा करके आप समझ लैन के हाउस दे विच स्पीकर की इजाजत नाल कोई भी मता कोई भी बिल लिया जा सकता है। इन्हां कोले होर कुछ नहीं हैगा, इन्हां नूं कहो अपना घर संभाल लैन, इन्हां नूं कहो अपना घर संभाल लैन, सानू ना सिखाउण। ਇਹ ਕਿਹੜੇ ਹੱਕਾਂ ਦੀ ਗੱਲ ਕਰਦੇ ਆ? ਸਾਡੇ ਹੱਕ ਇੱਥੇ ਰੱਖ। ਇਹਨਾਂ ਤੋਂ ਰਾਜਸਥਾਨ 'ਚ ਆਪਣੇ ਹੱਕ ਨਹੀਂ ਸਾਂਭੇ ਜਾਂਦੇ, ਇਹਨਾਂ ਤੋਂ ਮਹਾਰਾਸ਼ਟਰ 'ਚ ਆਪਣੇ ਹੱਕ ਨਹੀਂ ਸਾਂਭੇ ਗਏ, ਗੋਆ ਦੇ ਵਿੱਚ ਇਹਨਾਂ ਤੋਂ ਆਪਣੇ ਹੱਕ ਨਹੀਂ ਸਾਂਭੇ ਗਏ। ਇੱਥੇ ਕਿਹੜੇ ਹੱਕ ਮੰਗਦੇ ਹੋ ਜਨਾਬ? ਤੁਸੀਂ ਕੋਈ ਮਤਾ ਨਹੀਂ ਪੇਸ਼ ਕਰਨ ਦਿੰਦੇ, ਕੋਈ ਡਿਬੇਟ ਨਹੀਂ ਹੋਣ ਦਿੰਦੇ। ਵੈਸੇ ਬਾਹਰ ਜਾ ਕੇ ਹੁਣੇ ਬੋਲਣਗੇ ਇਹ ਕਿ ਸੈਸ਼ਨ ਲੰਬਾ ਹੋਣਾ ਚਾਹੀਦਾ। ਅਸੀਂ ਸੈਸ਼ਨ ਲੰਬਾ ਕਰਨਾ ਚਾਹੁੰਦੇ ਹਾਂ, ਆ ਕੇ ਬੈਠੋ ਤਾਂ ਸਹੀ, ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ, ਕਿਸੇ ਗੱਲੋਂ ਕਾਣੇ ਹੋ? ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਕੀ ਘਾਟਾ ਪੈਂਦਾ ਹੈ ਜੇ ਆਪਰੇਸ਼ਨ ਲੋਟਸ ਫੇਲ ਹੋ ਜਾਂਦਾ ਹੈ। ਇਹਦਾ ਮਤਲਬ ਬਾਜਵਾ ਸਾਹਿਬ, ਇਹਦਾ ਮਤਲਬ ਤੁਹਾਨੂੰ ਆਪਰੇਸ਼ਨ ਲੋਟਸ ਫੇਲ ਹੋਣ ਦਾ ਕੋਈ ਨੁਕਸਾਨ ਹੋ ਰਿਹਾ ਹੈ, ਤੁਹਾਡੇ ਨਾਲ ਕੋਈ ਆਟੀ ਗਾਟੀ ਹੋ ਗਈ ਇਹਨਾਂ ਦੀ। ਮੈਂ ਬੇਨਤੀ ਕਰਦਾ ਰਿਹਾ ਕਰੂਗੀ ਬਾਜਵਾ ਸਾਹਿਬ, ਕਿਤੇ ਆਉਂਦੇ ਨਹੀਂ ਬਾਜਵਾ ਸਾਹਿਬ, ਮੈਂ ਬੇਨਤੀ ਕਰਦਾ, ਲੀਡਰ ਆਫ ਹਾਊਸ ਬੋਲ ਰਹੇ ਆ, ਤੁਸੀਂ ਲੀਡਰ ਆਫ ਹਾਊਸ ਬੋਲ ਰਹੇ ਆ, ਉਹਨਾਂ ਦੀ ਗੱਲ ਤਾਂ ਸੁਣ ਲਓ। ਲੋਕਤੰਤਰ ਦਾ ਵਿਧਾਨ ਸਭਾ ਦਾ ਮਜਬੂਰਨ ਕਰ ਰਹੇ ਆ, ਮੈਨੂੰ ਮਜਬੂਰਨ ਸਖਤ ਐਕਸ਼ਨ ਲੈਣਾ ਪਏਗਾ। ਕਾਂਗਰਸ ਪਾਰਟੀ ਨਾਲ ਸੰਬੰਧਿਤ ਸਦਨ ਵਿੱਚ ਅੱਜ ਹਾਜ਼ਰ ਮੈਂਬਰਾਂ ਨੇ ਚੇਅਰ ਦੇ ਬਾਰ ਬਾਰ ਮਨਾ ਕਰਨ ਦੇ ਬਾਵਜੂਦ ਹਾਊਸ ਦੇ ਬਿੱਲ ਵਿੱਚ ਆਏ, ਨਾਰੇ ਲਗਾਏ, ਚੇਅਰ ਦੀ ਤੋਹੀਨ ਕੀਤੀ ਅਤੇ ਸਦਨ ਦੇ ਕੀਮਤੀ ਸਮੇਂ ਨੂੰ ਜਾਇਆ ਕੀਤਾ। ਇਸ ਤਰ੍ਹਾਂ ਉਹਨਾਂ ਨੇ ਜਾਣ ਬੁੱਝ ਕੇ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਇਆ। ਇਸ ਲਈ ਇਹਨਾਂ ਮੈਂਬਰਾਂ ਨੂੰ ਨੇਮ ਕਰਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਉਹ ਸਦਨ ਦੇ ਬਾਹਰ ਚਲੇ ਜਾਣ। ਮਾਨਯੋਗ ਸਪੀਕਰ ਸਾਹਿਬ, ਇੱਥੇ ਤੁਹਾਡੀ ਚੇਅਰ ਦੇ ਖਿਲਾਫ ਨਾਰੇ ਲੱਗ ਰਹੇ ਨੇ, ਇਹ ਸਾਨੂੰ ਕਾਨੂੰਨ ਬਣਾਉਣ ਵਾਲੇ ਇਹ ਤੁਹਾਡੀ ਚੇਅਰ ਦੇ ਖਿਲਾਫ ਨਾਰੇ ਲਾ ਰਹੇ ਨੇ। ਸਪੀਕਰ ਮੁਰਦਾਬਾਦ ਕਹਿ ਰਹੇ ਨੇ, ਇਹ ਸਪੀਕਰ ਮੁਰਦਾਬਾਦ ਕਿਹੜੇ ਸੰਵਿਧਾਨ 'ਚ ਲਿਖਿਆ ਇਹ ਸਾਨੂੰ ਪੜ੍ਹਾ ਦੇਣ, ਦੱਸ ਦੇਣ। ਇਹ ਸਪੀਕਰ ਮੁਰਦਾਬਾਦ ਕਹਿਣ ਵਾਲੇ ਇਹ ਤੁਹਾਡੀ ਚੇਅਰ ਦੀ ਗਰਿਮਾ ਨੂੰ ਇਹ ਨੀਚੇ ਦਿਖਾ ਰਹੇ ਨੇ, ਇਹਨਾਂ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ ਯੂਟਿਊਬ 'ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।